ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋਗੇ। ਮੈਂ ਵੀ ਬਿਲਕੁਲ ਠੀਕ ਹੈ। ਟਾਈਮ ਆ ਮੋਰਨਿੰਗ ਦਾ 6:45 ਹੋ ਗਏ ਅਤੇ ਮੈਂ ਲੈ ਕੇ ਆਈ ਆਪਣਾ ਬ੍ਰੇਕਫਾਸਟ ਤਿਆਰ ਕਰਕੇ। ਅੱਜ ਮੈਂ ਲੈ ਕੇ ਆਈ ਹਾਂ ਮਸਾਲਾ ਓਟਸ ਬਣਾ ਕੇ, ਨਾਲੇ ਮੈਂ ਚਾਹ ਵੀ ਨਾਲ ਹੀ ਕਰ ਲਈ ਅੱਜ, ਕਿਉਂਕਿ ਭੁੱਖ ਬਹੁਤ ਲੱਗੀ ਪਈ ਹੈ ਮੈਨੂੰ। ਇਸ ਨਾਲ ਹੀ ਮੈਂ ਚਾਹ ਪੀ ਕੰਮ ਖਤਮ ਕਰਾਂ ਅਤੇ ਅਜੇ ਕੁਕਿੰਗ ਦਾ ਕੰਮ ਮੇਰਾ ਹੋਰ ਕੋਈ ਨਹੀਂ। ਦਾਲ ਸਬਜ਼ੀ ਮੈਂ ਕੋਈ ਨਹੀਂ ਬਣਾਉਣੀ, ਬਿਕੋਜ਼ ਗੁਰਦੁਆਰੇ ਸਭ ਦਾ ਲੰਗਰ ਅੱਜ। ਐਂਡ ਮੈਂ ਆਪਣਾ ਬ੍ਰੇਕਫਾਸਟ ਕਰਦਾ, ਮੈਨੂੰ ਭੁੱਖ ਲੱਗੀ ਵੀ ਕਿਉਂਕਿ ਮੈਨੂੰ ਆਦਤ ਆ ਸੁਬਾਹ ਖਾਣ ਦੀ, ਨਾ ਖਾਓ ਤਾਂ ਭੁੱਖ ਲੱਗਦੀ ਹੈ। ਮੈਂ ਆਪਣਾ ਬ੍ਰੇਕਫਾਸਟ ਬਣਾ ਲਿਆ, ਬਾਕੀ ਲੰਗਰ ਗੁਰਦੁਆਰੇ ਛਕਾਂਗੀ। ਅਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਦੇਖਦੇ ਥੋੜ੍ਹੇ ਬਹੁਤ ਸਫਾਈਆਂ ਕਰਦੇ, ਕੁਛ ਮੇਰਾ ਬਾਥਰੂਮ ਵਾਸ਼ ਕਰਨ ਨਾਲ ਉਹ ਕਰੂੰਗੀ, ਥੋੜ੍ਹੀ ਬਹੁਤ ਡਸਟਿੰਗ ਕਰੂੰਗੀ। ਕਰ ਲਈ ਹੁਣ ਬ੍ਰੇਕਫਾਸਟ, ਭੁੱਖ ਬਹੁਤ ਲੱਗੀ ਪਈ ਕਿਉਂਕਿ ਸਵੇਰੇ ਮੈਂ ਅਰਲੀ ਉੱਠ ਜਾਂਦੀ ਹਾਂ ਵਾਕ ਕਰਨ ਦੀ ਵਾਰੀ, ਉਸ ਕਰਕੇ ਭੁੱਖ ਜ਼ਿਆਦਾ ਲੱਗਦੀ ਆ। ਇੱਕ ਜੋ ਆਪਾਂ ਨੂੰ ਆਦਤ ਬਣਦੀ ਨਾ ਵੀ ਆਹ ਟਾਈਮ 'ਤੇ ਬ੍ਰੇਕਫਾਸਟ ਕਰਨਾ, ਫਿਰ ਉਸੇ ਟਾਈਮ 'ਤੇ ਭੁੱਖ ਲੱਗੂਗੀ ਲੱਗੂਗੀ, ਹੈ ਨਾ। ਜੋ ਆਪਣਾ ਟਾਈਮ ਲੰਘਣ ਲੱਗਦੀ ਫਿਰ ਬਹੁਤ ਭੁੱਖ ਲੱਗਦੀ ਆ। ਅੱਜ ਮੈਂ ਬਹੁਤ ਬਹੁਤ ਸਾਲਾਂ ਬਾਅਦ ਮਸਾਲਾ ਓਟਸ ਟਰਾਈ ਕਰੇਂਗੀ। ਪਹਿਲਾਂ ਬਹੁਤ ਬਣਾਉਂਦੀ ਸੀ, ਬਹੁਤ ਖਾਂਦੀ, ਟੇਸਟ ਲੱਗਦੀ ਸੀਗੀ। ਦੇਖਦੇ ਬਹੁਤ ਟਾਈਮ ਬਾਅਦ ਮੈਂ ਖਾ ਰਹੀ ਹਾਂ ਅੱਜ। ਬਹੁਤ ਟੇਸਟ ਲੱਗਦਾ। ਟਾਈਮ ਹੋ ਰਿਹਾ 12:30 ਦਾ। ਅਸੀਂ ਗੁਰਦੁਆਰੇ 'ਚੋਂ ਨਾ 11:30 ਵਜੇ ਆ ਗਏ ਸੀ ਅੱਜ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀਗਾ। 11:30 ਵਜੇ ਆ ਗਏ ਸੀ ਅਤੇ ਹੁਣ ਟਾਈਮ ਹੋ ਰਿਹਾ 12:30 ਦਾ। ਉਦੋਂ ਦਵਿੰਦਰ ਕੋਲ ਕੋਈ ਆਇਆ ਸੀ ਡਰਾਇੰਗ ਰੂਮ ਵਿੱਚ, ਉਹਨਾਂ ਨੇ ਕਰਾਈ ਸੀ ਚਾਹ, ਫਿਰ ਮੈਂ ਕਿਹਾ ਮੈਂ ਵੀ ਇੰਨੀ ਕੁ ਚਾਹ ਪੀ ਲੈਂਦੀ ਹਾਂ, ਕਿਉਂਕਿ ਅੱਜ ਫਰੂਟ ਨਹੀਂ ਹੈਗਾ, ਕੋਈ ਵੀ ਫਰੂਟ ਕਣੀ ਅੱਜ ਛੁੱਟੀ ਆ, ਫਰੂਟ ਕੋਈ ਨਹੀਂ ਹੈਗਾ। ਅਤੇ ਇਸ ਕਰਕੇ ਮੈਂ ਚਲੋ ਫਰੂਟ ਦਾ ਔੜਕਾ ਜਿਹਾ ਮਿਟ ਜੂਗਾ ਨਾ, ਜੀ ਤਾਂ ਐਂ ਕਰਦਾ ਕੋਈ ਠੰਡੀ ਜਿਹੀ ਚੀਜ਼ ਖਾਵਾਂ। ਥੋੜ੍ਹੀ ਜਿਹੀ ਮੈਂ ਦਹੀਂ ਵੀ ਖਾ ਲਈ ਘਰ ਆ ਕੇ ਲੰਗਰ ਦਾ ਛੱਕ ਕੇ ਉੱਥੇ, ਅਤੇ ਉੱਥੇ ਮੈਂ ਲੰਗਰ ਕੱਚੀ ਕੱਲੀ ਸਬਜ਼ੀ ਖਾਧੀ ਸੀ, ਫੁਲਕਾ ਨਹੀਂ ਖਾਧੀ, ਕਿਉਂਕਿ ਸਵੇਰੇ ਮੈਂ ਬ੍ਰੇਕਫਾਸਟ ਕਰਕੇ ਗਈ ਸੀ। ਮੈਂ ਕਿਹਾ ਫਿਰ ਜਾਣ ਦੇ ਢਿੱਡ ਭਰਿਆ ਭਰਿਆ ਜਿਹਾ ਹੋਏਗਾ, ਇਸ ਕਰਕੇ ਹੁਣ ਥੋੜ੍ਹੀ ਚਾਹ ਪੀਣਾ। ਸ਼ਾਮ ਨੂੰ ਜਾਵਾਂਗੇ ਮਾਨਸਾ ਦੇਖ ਕੇ ਆਉਂਦੇ, ਸ਼ੋਪਿੰਗ ਸ਼ੂਪਿੰਗ ਕਰਕੇ ਆਉਂਦੇ। ਸ਼ੋਪਿੰਗ ਤਾਂ ਕਾਹਦੀ ਸਬਜ਼ੀ ਫਰੂਟ ਹੀ ਲੈ ਕੇ ਆਉਣੇ ਨੇ, ਜਾਂ 2-4 ਚੀਜ਼ਾਂ ਮੈਂ ਕਿਚਨ ਦੀ ਆਪਣੀ ਗਰੋਸਰੀ ਦੇ ਲੈ ਕੇ ਆਉਣੀਆਂ ਨੇ, ਉਹ ਖਤਮ ਹੋਈ ਹੈ, ਫਿਰ ਉਹ ਲੈ ਕੇ ਆਵਾਂਗੀ। ਇੱਕ ਵਾਈਪਰ ਦੀ ਡੰਡੀ ਲਿਆਉਣੀ ਪਵਾ ਕੇ, ਇੱਕ ਮੈਟ ਬਦਲਣ ਵਾਲਾ ਪਿਆ, ਮੈਟ ਲਿਆਂਦਾ ਸੀ ਅਸੀਂ ਆਹ ਰੂਮ ਦੇ ਬਾਹਰ ਰੱਖਣ ਵਾਸਤੇ, ਛੋਟਾ ਸਾਈਜ਼ ਆ ਗਿਆ, ਉਹ ਬਦਲ ਕੇ ਲੈ ਕੇ ਆਉਣਾ। ਜੇ ਇੱਦਾਂ ਮੈਂ ਬੇਟਾਈਮ ਹੀ ਚਾਹ ਪੀਵਾਂ ਨਾ, ਫਿਰ ਮੈਂ ਥੋੜ੍ਹੀ ਹੀ ਲੈਣੀ ਹੁੰਦੀ, ਜਿਵੇਂ ਬਹੁਤ ਛੋਟਾ ਕੱਪ ਹੈ, ਦੇਖਣ ਨੂੰ ਵੱਡਾ ਲੱਗ ਰਿਹਾ ਪਰ ਥੱਲੋਂ ਬਹੁਤ ਭੀੜ ਹੈ ਇਹ, ਥੋੜ੍ਹੀ ਹੀ ਚਾਹ ਪੈਂਦੀ ਇਹਦੇ ਵਿੱਚ, ਬਸ ਇੱਕ ਮਨ ਨੂੰ ਸੈਟਿਸਫੈਕਸ਼ਨ ਹੋ ਜਾਂਦੀ ਵੀ ਆਪਾਂ ਹਾਂ ਚਾਹ ਪੀਣੀ ਬਸ। ਅਤੇ ਹੈ ਵੀ ਮਿੱਠੀ ਚਾਹ, ਇਹਦੇ ਵਿੱਚ ਗੁੜ ਪਾਇਆ ਹੋਇਆ ਮਿੱਠੀ ਚਾਹ, ਐਵੇਂ ਖਾਂਦੀ ਸਾਰਾ ਕੁਛ ਹੀ, ਬਾਹਰ ਅੰਦਰ ਜਾਈਏ ਮਿੱਠੀ ਚਾਹ ਵੀ ਪੀਂਦੇ ਕਰੇ ਨਾ, ਠੰਡਾ ਠੁੰਡਾ ਵੀ ਪੀਤਾ ਜਾਂਦਾ, ਕੋਲਡ ਡਰਿੰਕ ਵਗੈਰਾ ਮਿੱਠਾ ਖਾਂਦੀ ਹੀ ਨਹੀਂ ਹੈਗਾ, ਮਿੱਠਾ ਬਿਲਕੁਲ ਹੀ ਬੰਦ ਹੈ। ਪਰ ਜਿੰਨਾ ਆਏ ਹੁੰਦਾ ਜਿੰਨਾ ਟਾਈਮ ਘਰੇ ਆਪਾਂ ਉਹਨਾਂ ਟਾਈਮ ਹੈਲਦੀ ਡਾਇਟ ਲਈਏ, ਆਪਦਾ ਅਸੀਂ ਮਿੱਠੀਆਂ ਚੀਜ਼ਾਂ ਦਾ ਤਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖੀਏ। ਪਰ ਜੇ ਬਾਹਰ ਅੰਦਰ ਹਾਂ ਕਦੇ ਮਜਬੂਰੀ 'ਚ ਕੋਈ ਚੀਜ਼ ਖਾਣੀ ਪੀਣੀ ਪੈਂਦੀ, ਫਿਰ ਖਾਂਦੇ ਵੀ ਹਾਂ, ਕੋਈ ਮਿੱਠੀ ਚੀਜ਼ ਠੰਡੀ ਚੀਜ਼ ਪੀਂਦੇ ਵੀ ਹਾਂ ਨਾ, ਪਰ ਘਰੇ ਹੁੰਦੇ ਉਹਨਾਂ 'ਚ ਇਹ ਕੋਸ਼ਿਸ਼ ਹੁੰਦੀ ਕਿ ਆਪਣੀ ਡਾਇਟ ਵਧੀਆ ਆਪਾਂ ਹੈਲਦੀ ਮੈਂਟੇਨ ਕਰਕੇ ਰੱਖੀਏ, ਤਾਂ ਵੇਟ ਆਪਣਾ ਮੈਂਟੇਨ ਰਹੂਗਾ। ਟਾਈਮ ਹੋ ਰਿਹਾ 1:45 ਦਾ ਅਤੇ ਅਸੀਂ ਆ ਗਏ ਮਾਨਸਾ। ਦਵਿੰਦਰ ਕਹਿੰਦੇ ਸ਼ਾਮ ਨੂੰ ਮੈਨੂੰ ਟਾਈਮ ਨਹੀਂ, ਪਹਿਲਾਂ ਇਕੱਲੇ ਜਾਂਦੇ ਸੀਗੇ। ਮੈਂ ਕਿਹਾ ਚਲੋ ਤੁਹਾਨੂੰ ਮੈਂ ਸਮਾਨ ਲਿਖ ਕੇ ਫੜਾ ਦਾ ਨਹੀਂ, ਦੱਸ ਦਿੰਦੀ ਕੀ ਲੈ ਕੇ ਆਉਣਾ, ਵੀ ਤੁਸੀਂ ਲੈ ਆਇਓ। ਕਹਿੰਦੇ ਤੂੰ ਚੱਲ ਨਾਲ, ਤੂੰ ਕੀ ਕਰਨਾ? ਮੈਂ ਕਿਹਾ ਮੈਂ ਰੈਸਟ ਕਰੂੰ। ਕਹਿੰਦੇ ਨਾ ਨਾ ਮੇਰੇ ਨਾਲ ਚੱਲ, ਤੂੰ ਮੈਨੂੰ ਵੀ ਨਾਲ ਖਿੱਚ ਲਏ ਮਾਨਸਾ। ਕਹਿੰਦੇ ਮੈਂ ਕਿਉਂ ਇਕੱਲਾ ਕਰਨੀ ਮੇਰਾ, ਤੂੰ ਵੀ ਮੇਰੇ ਨਾਲ ਚੱਲ। ਅਤੇ ਸ਼ਾਮ ਨੂੰ ਕਹਿੰਦੇ ਮੈਨੂੰ ਖੇਤ ਕੰਮ ਆ, ਸ਼ਾਮ ਨੂੰ ਮੈਂ ਨਹੀਂ ਆ ਸਕਦਾ। ਚਲੋ ਹੁਣੇ ਚੱਲਦੇ, ਫਿਰ ਅਸੀਂ ਹੁਣੇ ਆ ਗਏ ਸਮਾਨ ਵਗੈਰਾ ਲੈਣ। ਅਤੇ ਦੇਖਦੇ ਹਾਂ ਕੀ ਕੰਮ ਬਣਦੇ ਨੇ, ਗਰਮੀ ਬਹੁਤ ਜ਼ਿਆਦਾ, ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ, ਇੰਨੀ ਜ਼ਿਆਦਾ ਗਰਮੀ ਆ। ਗਰਮੀ 'ਚ ਵੀ ਲੋਕ ਕੰਮ ਕਰ ਰਹੇ ਨੇ ਪਰ ਮਜ਼ਬੂਰੀ ਹੁੰਦੀ ਸਭ ਦੀਆਂ ਨਾ, ਮਜ਼ਬੂਰੀ ਕਰਕੇ ਘਰੋਂ ਬਾਹਰ ਨਿਕਲਣੇ ਹੁੰਦੇ ਨਹੀਂ ਗਰਮੀ ਵਿੱਚ ਕੰਮ ਕਰਨ। ਅਤੇ ਅਸੀਂ ਹੁਣ ਆ ਗਏ ਸੀ ਮਾਨਸਾ, ਫਿਰ ਅਸੀਂ ਸੋਚਿਆ ਨਾ ਚੱਲ ਘੋੜੀ ਵੀ ਦੇਖ ਲੈਂਦੇ। ਦਵਿੰਦਰ ਕਹਿੰਦੇ ਹੁਣ ਤੂੰ ਨਾਲ ਆਈ ਹੈ ਵੀ ਚੱਲ ਘੋੜੀ ਆਪਾਂ ਸਿਲੈਕਟ ਕਰਕੇ ਰੱਖ ਲੈਂਦੇ ਵੀ ਕਿਹੜੀ ਲੈਣੀ ਹੈ, ਫਿਰ ਇਹ ਆਪਾਂ ਨੂੰ ਰੇਡੀ ਅਤੇ ਡਿਲੀਵਰ ਕਰਾ ਦੇਣ ਕਰੇ, ਕਿਉਂਕਿ ਕਾਰ 'ਤੇ ਅਸੀਂ ਲੈ ਕੇ ਜਾ ਸਕਦੇ, ਸਿਲੈਕਟ ਕਰਕੇ ਆਪਾਂ ਰੱਖ ਜਾਂਦੇ ਹਾਂ। ਅਤੇ ਅਸੀਂ ਸਿਲੈਕਟ ਕਰ ਰਹੇ ਸੀ ਘੋੜੀ ਹਾਰਡਵੇਅਰ ਵਾਲੀ ਸ਼ੋਪ 'ਤੇ ਆਏ ਸੀਗੇ। ਅਤੇ ਇਹਨਾਂ ਦੀ ਸ਼ੋਪ 'ਤੇ ਜਦੋਂ ਵੀ ਮੈਂ ਆਉਂਦੀ ਹਾਂ ਨਾ, ਮੈਂ ਇਹਨਾਂ ਦੀ ਸਾਰੀ ਸ਼ੋਪ ਦਾ, ਸਾਰੇ ਸਟੋਰ ਦਾ ਮੈਂ ਜ਼ਰੂਰ
ਗੇੜਾ ਮਾਰ ਕੇ ਜਾਂਦੇ ਅੰਦਰ ਵੀ ਇਹਨਾਂ ਨੇ ਕੀ ਡੈਕੋਰੇਸ਼ਨ ਕਰੀ ਹੋਈ ਹੈ, ਕੀ ਕੋਈ ਨਵੀਂ ਚੀਜ਼ ਆਈ ਹੈ, ਹੈ ਨਾ। ਆਹ ਡੈਕੋਰੇਸ਼ਨ ਮੈਨੂੰ ਬਹੁਤ ਸੋਹਣੀ ਲੱਗੀ ਸੀ, ਮੈਂ ਕਿਹਾ ਚਲੋ ਵੀਡੀਓ ਲੈ ਲਾ। ਟਾਈਮ ਹੋ ਰਿਹਾ 2:10 ਦਾ, ਸ਼ੋਪਿੰਗ ਹੋ ਗਈ ਸਾਡੀ ਡਨ, ਸੌਦੇ ਪੱਤੇ ਵਾਲੇ ਪੰਜ ਚਾਰ ਚੀਜ਼ਾਂ ਲੈਣੇ ਸੀ ਉਹ ਵੀ ਲੈ ਲਈਆਂ। ਤਾਂ 2 ਵਾਈਪਰਸ ਪਏ ਨੇ, ਇੱਕ ਤਾਂ ਬਾਥਰੂਮ ਵਾਲਾ, ਇੱਕ ਹੈਲਪਰ ਦਾ ਪੋਚੇ ਲਗਾਉਣ ਵਾਲਾ ਵਾਈਪਰ ਹੈ। 130 ਰੁਪਏ ਨਾਲ ਸਰ ਗਿਆ, 2 ਵਾਈਪਰ ਨਹੀਂ ਨਵੇਂ ਲੈਣੇ ਪੈਂਦੇ, ਹੈ ਨਾ, ਬਰੱਸ਼ ਨਵਾਂ ਲੈਣਾ ਪੈਂਦਾ। 130 ਰੁਪਏ 'ਚ ਦੋਵੇਂ ਵਾਈਪਰਸ ਦੇ, ਬਰੱਸ਼ ਦੇ ਅਤੇ ਵਾਈਪਰ ਦੇ ਡੰਡੀਆਂ ਪੈ ਗਈਆਂ, 130 ਰੁਪਏ 'ਚ ਸਰ ਗਿਆ। ਦਵਿੰਦਰ ਦੇ ਬਾਹਲੇ ਪੈਸੇ ਨਹੀਂ ਲਵਾ ਜੀ। ਚਲੋ ਜੇ ਨਾ ਹੱਲ ਹੁੰਦਾ ਫਿਰ ਨਵੇਂ ਲੈਣੇ ਪੈਂਦੇ। ਅਤੇ ਰਾਸ਼ਨ ਵਗੈਰਾ ਲੈ ਲਿਆ, ਸਬਜ਼ੀਆਂ ਫਰੂਟ ਲੈ ਲਿਆ। ਹੁਣ ਅਸੀਂ ਸੋਚਿਆ ਅਨਪਲੈਨਡ ਜਿਹਾ ਹੋ ਗਿਆ ਕੰਮ, ਅਤੇ ਮੈਂ ਚਲ ਛੋਲੇ ਭਟੂਰੇ ਖਾਂਦੇ ਹਾਂ ਅੱਜ, ਮੇਰਾ ਮਨ ਸੀਗਾ ਹੁਣ ਅਸੀਂ ਚੱਲੇ ਛੋਲੇ ਭਟੂਰੇ ਖਾਣ। ਗਰਮੀ ਤਲੀਆਂ ਚੀਜ਼ਾਂ ਨੇ, ਕਦੇ ਕਦੇ ਕੁਛ ਨਹੀਂ ਹੁੰਦਾ ਜੀ ਕਰਦਾ, ਘਰੇ ਫਿਰ ਬਣਾਵਾਂਗੇ, ਜ਼ਿਆਦਾ ਖੇਚਲ ਜ਼ਿਆਦਾ ਹੋ ਫਿਰ ਖਾਧਾ ਵੀ ਜਾਂਦਾ, ਫਿਰ ਐਂ ਹੋ ਖੇਚਲ ਤਾਂ ਕਦੇ ਰੰਜ ਕੇ ਖਾ ਲਈਏ, ਪੂਰੀ ਇੱਕ ਭਟੂਰੇ ਨਾਲ ਸਰ ਜੂਗਾ। ਛੋਲੇ ਭਟੂਰੇ ਖਾਂਦੇ ਹਾਂ ਅੱਜ ਆਪਾਂ, ਗਰਮੀ 'ਚ ਸਿਖਰ ਦੁਪਹਿਰੇ ਆਏ ਹਾਂ ਸ਼ੋਪਿੰਗ ਕਰਨ, ਗਰਮੀ ਗਰਮੀ 'ਚ, ਫਿਰ ਖਾ ਪੀ ਕੇ ਘਰੇ ਆ ਕੇ ਰੈਸਟ ਕਰ ਲਵਾਂਗੇ, ਫਿਰ ਸ਼ਾਮ ਨੂੰ ਉੱਠ ਕੇ ਸ਼ਾਮ ਦੇ ਕੰਮ ਕਰਾਂਗੇ, ਖਾ ਪੀ ਚੱਲਦੇ। ਘਰੇ ਵੀ ਕਿਹਾ ਅੱਜ ਮੈਂ ਕੁਛ ਬਣਾਇਆ ਵੀ ਘਰੇ ਖਾ ਲਵਾਂਗੇ। ਲਓ ਜੀ ਆਪਾਂ ਆ ਗਏ ਸ਼ਾਮ ਸਵੀਟਸ 'ਤੇ, ਅਤੇ ਇਹਨਾਂ 'ਤੇ ਖਾਵਾਂਗੇ ਆਪਾਂ ਚਨਾ ਭਟੂਰਾ। ਹੁਣ ਅਸੀਂ ਮੰਗਵਾ ਲਏ ਸੀ ਚਨੇ ਭਟੂਰੇ, ਚਨੇ ਭਟੂਰੇ ਬਹੁਤ ਬਹੁਤ ਟੇਸਟੀ ਲੱਗਦੇ। ਅੱਜ ਮੇਰੇ ਇਕਦਮ ਪਤਾ ਨਹੀਂ ਕਿੱਧਰੋਂ ਮਨ ਹੋਇਆ, ਮੈਂ ਕਿਹਾ ਚਲੋ ਖਾਂਦੇ ਆ, ਫਿਰ ਮਨ ਨੂੰ ਤਰਸਾਈ ਦਾ ਵੀ ਹੁੰਦਾ ਨਹੀਂ, ਜੋ ਚੀਜ਼ ਖਾਣ ਨੂੰ ਦਿਲ ਕਰੇ ਖਾ ਲੈਣੀ ਚਾਹੀਦੀ ਹੈ। ਅਤੇ ਆ ਇੰਨਾ ਕੁ ਲਿਆਂਦਾ ਰਾਸ਼ਨ, ਕਿਚਨ ਦਾ ਸਮਾਨ, ਗਰੋਸਰੀ ਦਾ ਸਮਾਨ, ਜੋ ਕਦੇ ਪੂਰਾ ਹੀ ਨਹੀਂ ਹੁੰਦਾ ਘਰਾਂ ਵਿੱਚ, ਇੱਕ ਨਾ ਇੱਕ ਚੀਜ਼ ਜ਼ਰੂਰ ਖਤਮ ਹੋਈ ਰਹਿੰਦੀ ਹੈ। ਚਨੇ ਭੁਨੇ ਹੋਏ, ਬਿਸਕਿਟ, ਇਹ ਨਾ ਪਫ ਬਿਸਕਿਟ ਮੈਨੂੰ ਬਹੁਤ ਪਸੰਦ ਰਹੇ, ਮੈਨੂੰ ਚੋਕਲੇਟ ਫਲੇਵਰ ਵਾਲੇ, ਦਵਿੰਦਰ ਨੂੰ ਲੈਮਨ ਫਲੇਵਰ ਵਾਲੇ, ਇਹ ਬਿਸਕਿਟ ਹੁੰਦੇ ਫਿੱਕੇ ਨੇ, ਕਰੀਮ ਮਿੱਠੇ ਹੁੰਦੇ, ਬਹੁਤ ਟੇਸਟੀ ਲੱਗਦੇ ਮੈਨੂੰ। ਹਨੀ ਲੈ ਕੇ ਆਉਂਦਾ, ਸ਼ਾਇਦ ਖਤਮ ਹੋਇਆ ਪਿਆ ਸੀ, ਇਹ ਵੀ ਔਰਗੈਨਿਕ ਮਿਲ ਗਿਆ, ਸਾਲ ਭਰ ਪੈ ਰਿਹਾ, ਚਾਹੇ ਇਹ ਜਾਂਦਾ ਹੀ ਨਹੀਂ ਹੈਗਾ। ਪਤੰਜਲੀ ਦਾ ਦਲੀਆ, ਦਲੀਆ ਦਾ ਪੈਕਟ, ਕਿਨੂਆ, ਕਿਨੂਆ ਬਹੁਤ ਟੇਸਟੀ ਬਣਦਾ ਖਾਣ ਵਿੱਚ, ਇਹਦਾ ਰਾਈਸ ਆਪਾਂ ਖਾ ਸਕਦੇ ਕਿਸੇ ਵੀ ਸਬਜ਼ੀ ਨਾਲ ਕੰਬਾਈਨ ਕਰਕੇ। ਅਤੇ ਬੇਲਪੂਰੀ, ਬੇਲਪੂਰੀ ਦਵਿੰਦਰ ਦੀ ਫੇਵਰੇਟ ਹੈ, ਮੈਨੂੰ ਠੀਕ ਠਾਕ ਜੀ ਲੱਗਦੀ ਹੈ, ਬਸ ਇਹਨਾਂ ਦੀ ਫੇਵਰੇਟ ਹੈ ਬੇਲਪੂਰੀ। ਸੋਡਾ ਲੈ ਕੇ ਆਉਂਦਾ ਨਿੰਬੂ ਪਾਣੀ ਬਣਾਉਣ ਵਾਸਤੇ, ਅਤੇ ਮੈਂ ਇੱਕ ਲੈ ਕੇ ਆਉਂਦੇ ਨੇ ਇਹ ਸਟੋਨਸ, ਸਟੋਨਸ ਇਹ ਗਾਰਡਨਿੰਗ ਸਟੋਨਸ ਕਹਿ ਲਓ ਜਾਂ ਫਿਰ ਫੋਰ ਡੈਕੋਰੇਸ਼ਨ ਪਰਪਸ ਕਹਿ ਲਓ, ਹੈ ਨਾ, ਵੀ ਆਪਾਂ ਸਜਾਵਟ ਕਰ ਸਕਦੇ ਹਾਂਗੇ। ਇਹ ਵੱਡੇ ਸਟੋਨਸ ਲੈ ਕੇ ਆਉਂਦੇ, ਛੋਟੇ ਮੇਰੇ ਕੋਲ ਹੈਗੇ ਸੀਗੇ, ਅਤੇ ਇਸ ਵਾਰ ਮੈਨੂੰ ਵੱਡੇ ਦੇਖੇ, ਵੱਡੇ ਵੀ ਸੋਹਣੇ ਲੱਗ ਰਹੇ ਸੀ, ਕਲਰਫੁੱਲ ਜਿਹੇ ਅਤੇ ਬਲੈਕ, ਹੈ ਨਾ, ਮੈਂ ਇਹ ਲੈ ਕੇ ਆਉਂਦੇ ਨੇ, ਦੇਖਦੇ ਅੱਗੇ ਘਰੇ ਚੀਜ਼ ਪਈ ਹੋ ਤਾਂ ਕਿਵੇਂ ਨਾ ਕਿਵੇਂ ਸਜਾਵਟ ਕਰ ਸਕਦੇ ਹਾਂ। ਬਿਸਕਿਟ ਲੈ ਕੇ ਆਉਂਦੇ ਦਵਿੰਦਰ, ਕਹਿੰਦੇ ਹਲੇ ਕਢਾਉਣ ਦਾ ਟਾਈਮ, ਚਲੋ ਆਪਾਂ ਬਣੇ ਬਣਾਏ ਲੈ ਜਾਂਦੇ ਹਾਂ। ਅਤੇ ਇੰਨਾ ਕੁ ਇਹ ਸਮਾਨ ਸੀ ਘਰ ਦਾ, ਰਾਸ਼ਨ, ਕਿਚਨ ਦਾ, ਗਰੋਸਰੀ ਦਾ ਸਮਾਨ, ਅਤੇ ਇਹਨੂੰ ਕਰੂੰਗੀ ਹੁਣ ਸੈੱਟ। ਅਤੇ ਇੱਕ ਵਾਲੇ ਬਰੱਸ਼, ਜਿਹੜਾ ਬਾਥਰੂਮ ਵਾਲਾ ਫਲੋਰ ਬਰੱਸ਼ ਸੀ, ਇਹਨੂੰ ਟੁੱਟ ਗਿਆ ਸੀ, ਡੰਡੀ ਟੁੱਟ ਗਈ ਸੀ, ਅਤੇ ਡੰਡੀ ਮਿਲ ਗਈ, ਡੰਡੀ ਪੈ ਗਈ, ਅਤੇ ਨਹੀਂ ਤਾਂ ਨਾ ਫਿਰ ਕਾਫੀ ਪੈਸੇ ਲੱਗਦੇ ਨਵਾਂ ਲੈਣ 'ਤੇ। ਨਾਲ ਨਿਚਲਾ ਬਰੱਸ਼ ਵਧੀਆ ਪਿਆ ਸੀ, ਹੁਣ ਇੰਨਾ ਵਧੀਆ ਮਜ਼ਬੂਤ ਬਰੱਸ਼ ਮਿਲਦਾ ਨਹੀਂ, ਬਹੁਤ ਸੋਫਟ ਮਿਲਦੇ ਨੇ, ਇਹ ਬਹੁਤ ਵਧੀਆ ਮਜ਼ਬੂਤੀ 'ਚ ਬਣਿਆ ਹੋਇਆ, ਬਸ ਡੰਡੀ ਪੈ ਗਈ, ਬਰੱਸ਼ ਆਪਣਾ ਚਾਲੂ ਹੋ ਗਿਆ। ਅਤੇ ਸ਼ਾਮ ਨੂੰ ਆ ਗਈ ਸੀ ਹੈਲਪਰ, ਹੈਲਪਰ ਕਰ ਰਹੀ ਸੀ ਵਿੰਡੋ ਸਾਫ਼, ਅੱਜ ਪਿਛਲੀਆਂ ਵਿੰਡੋਜ਼ ਦੀ ਬਾਰੀ ਸੀਗੀ, ਅਤੇ ਮੈਂ ਸੋਚਿਆ ਚਲੋ ਇਹ ਵਿੰਡੋ ਸਾਫ਼ ਕਰ ਰਹੀ ਆ ਬਾਹਰ, ਅਤੇ ਨਾਲ ਮੈਂ ਕਿਚਨ 'ਚ ਕੱਪੜਾ ਮਾਰਦਾ। ਫਿਰ ਐਂ ਹੁੰਦਾ ਆਪਣੇ ਕੋਲ ਜਦੋਂ ਕੋਈ ਕੰਮ ਕਰਦਾ ਹੋਵੇ ਨਾ, ਆਪਣਾ ਵੀ ਜੀ ਲੱਗਦਾ, ਗੱਲਾਂ ਵੀ ਆਪਾਂ ਕਰੀ ਜਾਂਦੇ ਕੰਮ ਕਰਦੇ, ਅਤੇ ਜੀ ਵੀ ਲੱਗਦਾ ਆਪਾਂ ਨੂੰ, ਹੌਸਲਾ ਹੁੰਦਾ ਵੀ ਆਪਣੇ ਕੋਲ ਕੋਈ ਹੈਗਾ ਨਾ, ਆਪਣੇ ਨਾਲ ਕੋਈ ਕੰਮ ਕਰ ਰਿਹਾ, ਵਧੀਆ ਲੱਗਦਾ, ਫਿਰ ਜਾਂਦੇ ਅੱਛਾ ਲੱਗਦਾ, 2 ਜਣੇ ਨੂੰ ਕੰਮ ਕਰਦੇ, ਇਕੱਲੇ ਨੂੰ ਉਹਨਾਂ ਵਧੀਆ ਲੱਗਦਾ, ਠੀਕ ਹੈ ਤਾਂ ਕਰਨਾ ਪੈਂਦਾ ਕੰਮ ਤਾਂ, ਪਰ ਫਿਰ ਜੋ ਹੈਲਪਰ ਹੁੰਦੇ, ਫਿਰ ਮੈਨੂੰ ਐਂ ਹੁੰਦੇ ਵੀ ਚਲੋ ਇਹ ਇੱਧਰ ਕੰਮ ਕਰ ਰਹੀ ਹੈ, ਮੇਰੀ ਨਿਗਾਹ 'ਤੇ ਵੀ ਰਹੂਗੀ, ਤਾਂ ਅਸੀਂ 2 ਜਣੇ ਵੀ ਚਲੋ ਗੱਲਾਂ ਬਾਤਾਂ ਵੀ ਕਰੀ ਜਾਵਾਂਗੇ, ਅਤੇ ਕੰਮ ਵੀ ਹੋ ਜੂਗਾ। ਫਿਰ ਮੈਂ ਕਿਚਨ ਲੱਗ ਗਈ ਸਾਫ਼ ਕਰਨ, ਮੈਂ ਕਿਹਾ ਚਲੋ ਕਿਚਨ ਦੀ ਸ਼ੈਲਫ ਸਾਫ਼ ਕਰ ਦਿੰਦੀ ਹਾਂ। ਬਹੁਤ ਇੱਕ ਦਿਨ 'ਚ ਨਾ ਡਸਟ ਨਾ ਭਰ ਜਾਂਦੀ, ਇੱਕ ਦਿਨ 'ਚ ਹੀ, ਪਰ ਇੰਨੀ ਜਲਦੀ ਤਾਂ ਮੇਰੇ ਤੋਂ ਕੱਪੜਾ ਵੀ ਨਹੀਂ ਪੱਜਦਾ ਸ਼ੈਲਫ 'ਤੇ। ਅੱਜ ਇਹਨੇ ਪਿਛਲੀਆਂ ਵਿੰਡੋਜ਼ ਸਾਫ਼ ਕਰਨੀਆਂ ਸੀ, ਫਿਰ ਜਿਸ ਦਿਨ ਇਹ ਪਿਛਲੀਆਂ ਵਿੰਡੋਜ਼ ਸਾਫ਼ ਕਰਦੀ ਹੁੰਦੀ ਹੈ ਨਾ, ਉਸ ਫਿਰ ਮੈਂ ਇਹ ਤੋਂ ਕਿਚਨ ਦੀਆਂ ਵਿੰਡੋਜ਼ ਨਾਲ ਕਰਵਾਉਣੀ ਹੁੰਦੀ ਹਾਂ,
ਸ਼ੁਰੂ ਤੋਂ ਹੀ ਬਸ ਮੈਂ ਇਹੀ ਇਹਨੂੰ ਆਦਤ ਪਾਈ ਹੋਈ ਵੀ ਜਿਸ ਦਿਨ ਤੂੰ ਪਿਛਲੇ ਵਿੰਡੋਜ਼ ਸਾਫ਼ ਕਰ ਰਹੀਆਂ ਨੇ ਨਾਲੇ ਬਾਹਰ ਵਾਲੇ ਰਸੋਈ ਦੇ ਵਿੰਡੋਜ਼ ਵੀ ਨਾਲ ਹੀ ਸਾਫ਼ ਕਰ ਦੇਣੀਆਂ ਨੇ, ਫਿਰ ਜੋ ਆਪਾਂ ਨਾਲ ਨਹੀਂ ਕਰਵਾਵਾਂਗੇ ਕਦੇ ਅੱਡ ਕਰਵਾਵਾਂਗੇ ਫਿਰ ਇਹਨੂੰ ਵੀ ਬੋਝ ਲੱਗੂ ਵੀ ਅੱਡ ਕੰਮ ਜਿਹਾ ਲੱਗੂ, ਕਿੱਥੇ ਆਪਾਂ ਨਾਲ ਹੀ ਕਰ ਦੇਣਾ ਫਿਰ ਇਹਦੀ ਵੀ ਇਹ ਆਦਤ ਬਣੀ ਰਹੂ ਵੀ ਹਾਂ ਇਵੇਂ ਨਾਲ ਹੀ ਕਰਨੀਆਂ ਨੇ। ਸੋ ਵਿੰਡੋਜ਼ ਫਿਰ ਉਹ ਕਿਚਨ ਦੀਆਂ ਮੈਂ ਨਾਲ ਹੀ ਕਰਵਾ ਲੈਂਦੀ ਹੁੰਦੀ ਹਾਂ ਅਤੇ ਸਾਰੀਆਂ ਵਿੰਡੋਜ਼ ਪਹਿਲਾਂ ਹੀ ਅੰਦਰੋਂ ਕਰਾਈ ਅਤੇ ਹੁਣ ਇਹ ਬਾਹਰੋਂ ਕਰ ਰਹੀ ਆ। ਬਾਕੀ ਚੱਲ ਇਹਨੂੰ ਪਤਾ ਇਹਨੇ ਕਿਵੇਂ ਕੰਮ ਕਰਨਾ, ਹੁਣ ਹੱਥ ਟਿਕ ਗਿਆ ਤਾਂ ਮੈਨੂੰ ਵੀ ਤਸੱਲੀ ਹੈ, ਮੈਂ ਕੋਲ ਖੜ੍ਹਾ ਨਾ ਖੜ੍ਹਾ ਵਧੀਆ ਕੰਮ ਕਰ ਦਿੰਦੀ ਆ। ਅਤੇ ਹੁਣ ਆ ਗਈ ਸੀ ਕਿਚਨ ਦੀਆਂ ਵਿੰਡੋਜ਼, ਕਿਚਨ ਦੀਆਂ ਵਿੰਡੋਜ਼ ਸਾਫ਼ ਕਰ ਰਹੀ ਸੀਗੀ। ਗਰਮੀ ਵੀ ਤਾਂ ਇੰਨੀ ਜ਼ਿਆਦਾ ਡਸਟ ਆਉਂਦੀ ਹੈ, ਬੰਦ ਵਿੰਡੋਜ਼ 'ਚ ਵੀ ਬਰੀਕ ਬਰੀਕ ਰੇਤਾ ਪੈ ਜਾਂਦਾ, ਤਾਂ ਤੁਸੀਂ ਕਿੰਨੀ ਬੰਦ ਕਰਕੇ ਰੱਖੀ ਚਲੋ ਹੈ ਨਾ, ਸਰਦੀਆਂ ਵਿੱਚ ਨਹੀਂ ਇੰਨੀ ਜ਼ਿਆਦਾ ਡਸਟ ਹੁੰਦੀ ਅਤੇ ਗਰਮੀਆਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਡਸਟ ਨਾਲ ਭਰ ਜਾਂਦੀਆਂ ਨੇ ਵਿੰਡੋਜ਼, ਇਹ ਵੀ ਕਹਿ ਰਹੇ ਕਹਿੰਦੀ ਕਿੰਨੀਆਂ ਜ਼ਿਆਦਾ ਮਿੱਟੀ ਨਾਲ ਭਰੀਆਂ ਪਈ ਨਾ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੁਣ ਕਰੀਆਂ ਨੂੰ। ਫਿਰ ਅੰਦਰੋਂ ਜਿਹੜੇ ਕਿਚਨ ਦੇ ਟੋਪ ਵਾਲੇ ਕੈਬਨਿਟ ਸੀ ਉਹਦੇ ਉੱਪਰ ਵੀ ਮੈਂ ਕੱਪੜਾ ਮਰਵਾ ਲੈਣੇ ਹੁੰਦੇ, ਮੈਂ ਕਿਹਾ ਚਲ ਮੇਰਾ ਇੰਨਾ ਕੰਮ ਸੌਖਾ ਹੋਜੂਗਾ, ਕੰਮ ਤਾਂ ਜੋ ਮਰਜ਼ੀ ਕਰਵਾ ਲਓ ਕੋਈ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦੇ, ਨਰਮ ਬਹੁਤ ਹੈ, ਬਹੁਤ ਵਧੀਆ, ਬਹੁਤ ਸਾਲਾਂ ਦੀ ਸਾਡੀ ਚਲੋ ਇਹ ਲੱਗੀ ਹੋਈ ਕੰਮ 'ਤੇ, ਕੋਈ ਮਰਜ਼ੀ ਕੰਮ ਕਰਵਾ ਲਓ ਅਸੀਂ ਵੀ ਇਹਨੂੰ ਕਿਸੇ ਚੀਜ਼ ਤੋਂ ਵੀ ਜਵਾਬ ਨਹੀਂ ਦਿੰਦੇ। ਸਾਡੇ ਘਰ ਕੋਈ ਵੀ ਚੀਜ਼ ਨੂੰ ਸਵਾਲ ਪਾ ਲਿਆ ਕਿ ਕਦੇ ਵੀ ਅਸੀਂ ਕਿਸੇ ਚੀਜ਼ ਪਿੱਛੇ ਵੀ ਇੰਨਾ ਫਰਕ ਨਹੀਂ ਕਰਿਆ, ਕੋਈ ਕੱਪੜੇ ਪਿੱਛੇ, ਕੋਈ ਖਾਣ ਵਾਲੀ ਚੀਜ਼ ਪਿੱਛੇ, ਕਦੇ ਵੀ ਜੋ ਘਰ ਬਣੀ ਅਸੀਂ ਪਹਿਲਾਂ ਇਹਨਾਂ ਨੂੰ ਦੇਣੀ ਆ। ਚਲੋ ਕਿਉਂਕਿ ਫਿਰ ਹੀ ਆਪਣਾ ਜਿਹੜਾ ਵਰਤੇਵਾ ਹੁੰਦਾ ਸਰਕਲ ਹੁੰਦਾ ਹੈ ਨਾ, ਫਿਰ ਹੀ ਆਪਣੇ ਲੰਮੇ ਸਮੇਂ ਤੱਕ ਆਪਣੀ ਨਿਭਦੀ ਹੈ ਜੇ ਆਪਾਂ ਇੱਕ ਦੂਜੇ ਨੂੰ ਜਵਾਬ ਨਹੀਂ ਦੇਵਾਂਗੇ, ਕਿਸੇ ਚੀਜ਼ ਪਿੱਛੇ ਆਪਾਂ ਪਿੱਛੇ ਨਹੀਂ ਹਟਾਂਗੇ। ਅਤੇ ਕਿਚਨ ਦੀਆਂ ਵਿੰਡੋ ਸਾਰੀਆਂ ਹੋ ਗਈਆਂ ਕਲੀਨ। ਟਾਈਮ ਹੋ ਰਿਹਾ 6:15 ਦਾ ਅਤੇ ਹੈਲਪਰ ਹੁਣ ਗਈ ਹੈ ਕੰਮ ਕਰਕੇ, ਅਤੇ ਮੈਂ ਵੀ ਥੋੜ੍ਹੇ 2-4 ਭਾਂਡੇ ਸੀ, ਭਾਂਡੇ ਸਾਫ਼ ਕਰਕੇ ਫਿਰ ਜਾਂਦੇ ਹਾਂ ਵੋਕ ਕਰਨ ਬਾਹਰ। ਅੱਜ ਜਿੱਥੇ ਅਸੀਂ ਛੋਲੇ ਭਟੂਰੇ ਖਾਧੇ ਸੀ ਨਾ, ਮੈਂ ਲੈ ਕੇ ਆਈ ਸੀ ਉਹਨਾਂ ਕੋਲੋਂ ਚਟਨੀ, ਮੈਂ ਨਾ ਉਹਨਾਂ ਨੂੰ ਐਂ ਪੁੱਛਿਆ ਵੀ ਤੁਸੀਂ ਰੈਸਪੀ ਦੱਸ ਦਿਓ ਚਟਨੀ ਦੀ, ਵੀ ਚਟਨੀ ਬਹੁਤ ਸਵਾਦ ਜਿਹੜੀ ਉਹ ਭਟੂਰੇ ਨਾਲ ਦਿੰਦੇ ਨੇ, ਅਤੇ ਕੁਛ ਆਈਡੀਆ ਤਾਂ ਮੈਨੂੰ ਹੈਗਾ ਸੀ ਵੀ ਇਹਦੇ ਵਿੱਚ ਮਿਰਚਾਂ ਪਾਈਆਂ ਹੋਈਆਂ, ਸਾਫਟ ਮਿਰਚਾਂ ਨੇ, ਲਾਲ ਮਿਰਚਾਂ, ਬਰੀਕ ਮਿਰਚਾਂ, ਅਤੇ ਵਿੱਚ ਕੁਛ ਇਹੀ ਜਿਹੀ ਚੀਜ਼ ਆ ਜਿਵੇਂ ਆਪਾਂ ਕਹਿ ਦਈਏ ਅੰਬੀਆਂ ਹੋ ਗਈਆਂ, ਖੱਟੇ ਸਲਾਈਸ ਆਉਂਦੇ ਨੇ ਮੂੰਹ ਵਿੱਚ ਹੈ ਨਾ, ਅੰਬੀਆਂ ਦੇ ਸਲਾਈਸ ਕੱਟ ਕੇ ਪਾ ਲਈ ਆਪਾਂ ਚਟਨੀ ਬਣਾਉਣ, ਉਸ ਤਰ੍ਹਾਂ ਚੀਜ਼ ਆਉਂਦੀ। ਬਾਕੀ ਚੀਨੀ ਦਾ ਚਾਸ਼ ਬਣੀ, ਮਿੱਠੀ ਬਣੀ ਹੋਈ ਹੈ ਇਹ, ਮਿਰਚਾਂ ਹੋ ਗਈਆਂ ਕੌੜੀਆਂ ਕਰਾਰੀਆਂ, ਅਤੇ ਚੀਨੀ ਦੀ ਚਾਸ਼ ਹੋ ਗਈ ਮਿੱਠੀ, ਅਮਚੂਰ ਹੋ ਗਿਆ ਖੱਟਾ, ਇਸ ਤਰ੍ਹਾਂ ਦਾ ਫਲੇਵਰ ਆ। ਇਹਨਾਂ ਦੀ ਚਟਨੀ ਤੋਂ ਆਈਡੀਆ ਲੈ ਕੇ ਮੈਂ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਬਣਾਉਣੀ ਹੁੰਦੀ ਹਾਂ, ਤਾਂ ਉਹਦੇ ਵਿੱਚ ਮਿਰਚਾਂ ਪਾਉਣ ਲੱਗੀ ਸੀ ਵੀ ਕੁਛ ਇਹਦੇ ਨਾਲ ਰਾਧਾ ਮਿਲਦਾ ਟੇਸਟ ਹੋ ਜਾਂਦਾ, ਪਰ ਇਹ ਥੋੜ੍ਹੀ ਕਰਾਰੀ ਵੱਧ ਹੁੰਦੀ ਕਿਉਂਕਿ ਮਿਰਚਾਂ ਹੁੰਦੀਆਂ ਨੇ, ਤੇਜ਼ ਹੁੰਦੀਆਂ ਨੇ ਮਿਰਚਾਂ, ਜਾ ਦੀ ਕੁਆਂਟਿਟੀ ਜ਼ਿਆਦਾ ਹੁੰਦੀ ਇਹਦੇ ਵਿੱਚ, ਅਤੇ ਮੈਂ ਉਹਨਾਂ 'ਚ ਪੁੱਛਿਆ ਰੈਸਪੀ ਮਿਰਚਾਂ ਛੱਡਦੀਆਂ ਨੇ ਹੁਣ, ਪਰ ਹੁਣ ਖਾਣ 'ਚ ਨਹੀਂ ਕੌੜੇ ਨਹੀਂ ਕਿਉਂਕਿ ਚੀਨੀ ਪਾਈ ਹੋਈ ਹੈ ਇਹਦੇ ਵਿੱਚ। ਇੱਕ ਤਾਂ ਮੈਨੂੰ ਇਹ ਤੋਂ ਆਈਡੀਆ ਹੋ ਗਿਆ ਆਪਾਂ ਮਿਰਚਾਂ ਦਾ ਚਾਰ ਪਾਉਂਦੇ, ਮਿੱਠਾ ਚਾਰ ਵੀ ਉਸ ਤਰ੍ਹਾਂ ਬਣੀਆਂ ਹੋਈਆਂ ਨੇ, ਬਸ ਥੋੜ੍ਹਾ ਜਿਹਾ ਵੀ ਸਿਰਕਾ ਨਹੀਂ ਪਾਇਆ, ਨਹੀਂ ਮਿੱਠੇ ਚਾਰ ਸਿਰਕਾ ਪਾਉਣੇ ਹੋਣੇ। ਲੋਕ ਉਹ ਕਹਿੰਦੇ ਇਹਦੇ ਵਿੱਚ ਪਊਗਾ ਲਾਲ ਮਿਰਚਾਂ, ਕੱਚਾ ਅੰਬਚੂਰ, ਅਤੇ ਕਲੌਂਜੀ, ਸੌਂਫ, ਚੀਨੀ, ਇਹ ਚੀਜ਼ਾਂ ਪੈਣਗੀਆਂ, ਕਹਿੰਦੇ ਭਿਉਂ ਕੇ ਧਰ ਦਿਓ ਸਾਰੇ ਕਾਸੇ ਨੂੰ, ਅਤੇ ਤੁਸੀਂ ਫਿਰ ਉਦੋਂ ਬਾਅਦ ਇਹਦੀ ਚਾਸ਼ ਬਣਾ ਲਓ, ਉਹਦੇ ਵਿੱਚ ਰਿੰਨ ਲਓ, ਅਤੇ ਬਾਕੀ ਇਹ 'ਚ ਕੁਛ ਕਲਰ ਵੀ ਪਾਇਆ ਹੋਇਆ ਥੋੜ੍ਹਾ ਕਲਰ ਦੇਣ ਵਾਸਤੇ, ਜਾਂ ਕੋਈ ਦੇਗੀ ਮਿਰਚ ਜਾਂ ਕਸਤੂਰੀ ਲਾਲ ਮਿਰਚ, ਕੀ ਕਹਿੰਦੇ ਹੁੰਦੇ ਨੇ, ਕਸਤੂਰੀ ਲਾਲ ਮਿਰਚ ਕਲਰ ਦੇਣ ਵਾਸਤੇ ਕੁਛ ਵੀ ਉਹਨਾਂ ਨੇ ਯੂਜ਼ ਕੀਤਾ ਹੋਇਆ ਹੈ ਨਾ, ਇਹ ਚੀਜ਼ਾਂ ਪਾਈਆਂ ਹੋਈਆਂ ਨੇ। ਅਤੇ ਮੈਨੂੰ ਕੱਚੇ ਅੰਬਚੂਰ ਦਾ ਨਹੀਂ ਪਤਾ ਵੀ ਕੱਚਾ ਅੰਬਚੂਰ ਕੀ ਹੁੰਦਾ, ਤੁਹਾਨੂੰ ਕਿਸੇ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸੋ ਵੀ ਕੱਚਾ ਅੰਬਚੂਰ, ਮੈਨੂੰ ਤਾਂ ਇਹ ਹਿਸਾਬ ਹੁੰਦਾ ਵੀ ਕੱਚਾ ਅੰਬਚੂਰ ਤਾਂ ਅੰਬੀਆਂ ਹੀ ਹੋਣੀਆਂ, ਵੀ ਅੰਬੀਆਂ ਕੱਟ ਕੇ ਪਾਏ ਹੋਏ, ਉਸ ਨੂੰ ਕੱਚਾ ਅੰਬਚੂਰ ਕਹਿੰਦੇ ਨੇ, ਜਾਂ ਫਿਰ ਮੈਂ ਵੀ ਟਰਾਈ ਕਰੂੰਗੀ ਬਣਾ ਕੇ ਦੇਖੂੰਗੀ। ਹੁਣ ਜਿਵੇਂ ਅੱਗੇ ਮਿਰਚਾਂ ਦੀ ਰੁੱਤ ਆਊਗੀ ਨਾ, ਆ ਹੁਣ ਜੋ ਮਿਰਚਾਂ ਮੇਰੇ ਨਾਲ ਲਾਲ ਮਿਰਚਾਂ ਆਉਣ ਲੱਗ ਪਈਆਂ ਹੋਣ, ਜਿਹੜੇ ਤਿੱਖੇ ਆਉਂਦੇ ਨੇ ਕਰਾਰੀਆਂ ਵਾਲੀਆਂ, ਫਿਰ ਦੇਖਾਂਗੇ ਥੋੜ੍ਹੀ ਜਿਹੀ ਬਣਾ ਕੇ ਪਹਿਲਾਂ ਟਰਾਈ ਕਰਕੇ ਵੀ ਇਹਦੇ ਨਾਲ ਵੀ ਬਣਦੀ ਹੈ। ਕਲੌਂਜੀ ਪਾਈ, ਇਹਦੇ ਵਿੱਚ ਸੌਂਫ ਪਾਈ ਹੋਈ ਆ, ਆਹ ਚੀਜ਼ਾਂ ਪਾਈਆਂ ਹੋਈਆਂ ਨੇਗੀਆਂ, ਸੌਂਫ ਤਾਂ ਮੈਨੂੰ ਲੱਗਦਾ ਨਹੀਂ ਪਾਈ ਹੈ, ਪਾਊਡਰ ਬਣਾ ਕੇ ਦਵਾਂਗੇ ਪਾਇਆ ਉਹ, ਕਲੌਂਜੀ ਹਾਂ ਦਿਖਦੀ ਹੈ ਵੀ ਕਲੌਂਜੀ ਪਾਈ ਹੈ। ਚਲੋ ਜੀ ਥੋੜ੍ਹਾ ਜਿਹਾ ਕੰਮ ਕਰਕੇ ਕਿਚਨ ਦਾ ਬਾਹਰ ਵੋਕ ਕਰਨ ਜਾਂਦੀ ਹਾਂ, ਫਿਰ ਮੈਂ 6:15 ਹੋ ਗਏ ਜਾਂਦੇ ਕਰਦੇ, 6:30 ਜਾ ਕੇ ਪਲਾਂਟਸ ਨੂੰ ਪਾਣੀ ਦਊਂਗੀ,
ਅੱਜ ਸਾਫ਼ ਸਫਾਈ ਦਾ ਕੰਮ ਮੈਂ ਕੁਛ ਵੀ ਨਹੀਂ ਕਰਿਆ, ਸਵੇਰੇ ਕਰਿਆ ਸੀ ਪਰ ਮੈਂ ਵੀਡੀਓ ਨਹੀਂ ਸ਼ੂਟ ਕਰੀ। ਸਵੇਰੇ ਮੈਂ ਡਸਟਿੰਗ ਕਰੀ ਸੀ ਲੋਬੀ ਦੀ, ਆਪਣੇ ਰੂਮ 'ਚ ਆਪਣਾ ਬਾਥਰੂਮ ਕਲੀਨ ਕੀਤਾ ਸੀ, ਇੰਨਾ ਕੁ ਕੀਤਾ ਸੀਗਾ। ਜਮਾਂ ਫਰੀ ਤਾਂ ਦੇਖੋ ਬੈਠ ਨਹੀਂ ਹੁੰਦਾ, ਜੇ ਖਾਣਾ ਨਹੀਂ ਬਣਿਆ ਸਵੇਰੇ 'ਚ, ਪਰ ਇਹ ਨਹੀਂ ਹੈਗਾ ਜਮਾਂ ਹੀ ਫਰੀ ਬਹਿ ਕੇ ਕੁਛ ਨਾ ਕੁਛ ਤਾਂ ਕੰਮ ਕਰਨਾ ਹੀ ਹੁੰਦਾ ਹੈ ਨਾ। ਇੰਨਾ ਕੁ ਕੰਮ ਸਵੇਰੇ ਕਰਿਆ ਸੀਗਾ। 7:15 ਦਾ ਟਾਈਮ ਹੋ ਗਿਆ, ਹੁਣ ਵੋਕ ਕਰਦੇ ਹਾਂ। ਪਲਾਂਟ ਨੂੰ ਪਾਣੀ ਦੇ ਕੇ ਅਸੀਂ ਅੰਦਰ ਰੱਖ ਪੀਤਾ ਨਿੰਬੂ ਪਾਣੀ, ਜਸਟ ਇੱਕ ਨਿੰਬੂ ਨਿਚੋੜਿਆ ਅਤੇ ਠੰਡਾ ਪਾਣੀ ਪਾ ਲਿਆ ਬਸ। ਇਹਦੇ ਵਿੱਚ ਹੋਰ ਮੈਂ ਕੁਛ ਵੀ ਨਹੀਂ ਪਾਇਆ, ਨਮਕ ਨਾ ਚੀਨੀ। ਪਿਆਸ ਇੰਨੀ ਲੱਗੀ ਜਾਂਦੇ ਛੋਲੇ ਭਟੂਰੇ ਖਾ ਕੇ, ਖਾ ਤਾਂ ਲਏ ਭਟੂਰੇ ਪਰ ਹਜ਼ਮ ਕਰਨੇ ਔਖੇ ਹੋਏ ਪਏ ਨੇ। ਅੱਗੇ ਤੋਂ ਗਰਮੀ ਗਰਮੀ ਕਰਨਾ ਨੂੰ ਹੱਥ ਲੱਗ ਗਈ, ਭਟੂਰੇ ਮੈਂ ਖਾਣੇ ਨਹੀਂ ਗਰਮੀ ਗਰਮੀ, ਖਾਣ 'ਚ ਸਵਾਦ ਲੱਗੇ ਪਰ ਹੁਣ ਬਾਅਦ 'ਚ ਹਜ਼ਮ ਕਰਨੇ ਬਹੁਤ ਔਖੇ ਹੋਏ ਪਏ ਨੇ। ਅੱਗੇ ਡਿਨਰ ਵੀ ਮੈਂ ਆਪਣਾ ਸ਼ਾਇਦ ਹੀ ਘਰਾਂ 'ਚ ਜੇ ਭੁੱਖ ਲੱਗੀ ਡਿਨਰ ਤੱਕ ਘੰਟੇ ਕੁ ਨੂੰ ਅੱਧੇ ਘੰਟੇ ਨੂੰ ਤਾਂ ਕਦੀ ਖੀਰਾ ਖਾਊਂ, ਖੀਰਾ ਨਾਲ ਥੋੜ੍ਹੀ ਦਹੀਂ ਜਾਂ ਦਹੀਂ 'ਚ ਖੀਰਾ ਪਾ ਲਊਂ ਬਸ। ਡਿਨਰ ਮੈਂ ਕਰਨਾ ਨਹੀਂ ਕਰੂੰਗੀ ਤਾਂ ਬਸ ਦਹੀਂ ਖੀਰਾ, ਹੋਰ ਕੁਛ ਨਹੀਂ ਡਿਨਰ ਵਿੱਚ ਲੈਣਾ, ਲਾਈਟ ਹੀ ਰੱਖਣਾ ਉਹਨੇ। ਇਸ ਤੋਂ ਬਾਅਦ ਕੁਛ ਨਹੀਂ ਖਾਣਾ, ਸਟਮਕ 'ਚ ਕੁਛ ਵੀ ਨਹੀਂ ਜਾਣਾ ਚਾਹੀਦਾ। ਇੰਨਾ ਮੈਨੂੰ ਹੈਵੀ ਹੈਵੀ ਲੱਗ ਰਿਹਾ, ਸਟਮਕ ਬਹੁਤ ਹੈਵੀ ਲੱਗ ਰਿਹਾ ਆਪਣੇ 'ਚ। ਗੁੰਦੀਆਂ ਆਟਾ ਸ਼ਾਮ ਲਈ ਹੈ ਨਾ, ਇਹ ਵੀ ਫਿਕਰ ਹੁੰਦਾ, ਚੁੱਲ੍ਹੇ ਦੇ ਨੇੜੇ ਲੱਗਣ ਦਾ ਟਾਈਮ ਹੋ ਜਾਂਦਾ, ਸ਼ਾਮ ਨੂੰ ਆਏ ਹੁੰਦੇ ਵੀ ਹੁਣ ਰੋਟੀ ਪੱਕਣੀ ਆ ਹੈ ਨਾ, ਚੁੱਲ੍ਹਾ ਪਕਾਉਣਾ ਵੀ ਆਪਣਾ ਖਾਣਾ ਦਾਣਾ ਦੀ ਤਿਆਰੀ ਕਰੀਏ, ਉਸ ਨੂੰ ਆਟਾ ਹੀ ਬੋਲਣਾ, ਸਬਜ਼ੀ ਮੇਰੇ ਕੋਲ ਹੈਗੀ ਹੈ। ਟਾਈਮ ਹੋ ਗਿਆ 9:45 ਦਾ, ਡਿਨਰ ਦਾ ਕੰਮ ਹੋ ਗਿਆ ਖਤਮ, ਕਿਚਨ ਕਲੀਨ ਕਰਕੇ ਮੈਂ ਆ ਗਈ ਹੈ ਨਾ। ਅੱਜ ਲੱਡੂ ਲੈ ਕੇ ਆਉਂਦੇ ਸੀ ਬੇਸਣ ਦੇ, ਮੈਂ ਦਵਿੰਦਰ ਨੂੰ ਕਿਹਾ ਸੀ ਮੈਨੂੰ ਬੇਸਣ ਦੇ ਲੱਡੂ ਬਹੁਤ ਬਹੁਤ ਪਸੰਦ ਆ, ਮੇਰੇ ਅੱਗੇ ਗੁਲਾਬ ਜਾਮਣ ਰੱਖੀ ਹੋਊਗੀ, ਬਰਫੀ ਰੱਖੀ ਹੋਊਗੀ, ਮੈਂ ਖਾਣ ਕਣੀ ਉਹ ਰਹਿ ਲੂੰਗੀ, ਪਰ ਬੇਸਣ ਦਾ ਲੱਡੂ ਬੇਸਣ ਦੀ ਬਰਫੀ ਬਹੁਤ ਜ਼ਿਆਦਾ ਮੈਨੂੰ ਪਸੰਦ, ਮੇਰੇ ਫੇਵਰੇਟ ਨੇ, ਪਰ ਇਹ ਉਨੇ ਸਵਾਦ ਨਹੀਂ ਹੈਗੇ ਜਿੰਨੇ ਮੈਂ ਘਰ ਬਣਾਉਣੀ ਹੁੰਦੀ ਆ। ਪੂਰਾ ਬੇਸਣ ਰੜਿਆ ਹੁੰਦਾ, ਰੜੇ ਹੋਏ ਬੇਸਣ ਦਾ ਟੇਸਟ ਆਉਣਾ, ਉਹ ਫੀਲਿੰਗ ਤਾਂ ਇਹਨਾਂ 'ਚ ਹੈ ਹੀ ਨਹੀਂ। ਇੱਕ ਬਸ ਐਂ ਮਨ ਨੂੰ ਸੈਟਿਸਫੈਕਸ਼ਨ ਆ ਵੀ ਹਾਂ ਬੇਸਣ ਦਾ ਲੱਡੂ ਖਾ ਲਿਆ, ਮੇਰਾ ਬਹੁਤ ਦਿਲ ਕਰ ਰਿਹਾ ਸੀ। ਪਹਿਲਾਂ ਵੀ ਅਸੀਂ ਇੱਕ ਦਿਨ ਪਤਾ ਨਹੀਂ ਕਿੱਥੇ ਗਏ ਸੀ, ਉਦੋਂ ਵੀ ਮੈਂ ਦਵਿੰਦਰ ਨੂੰ ਕਿਹਾ ਮੈਂ ਵਾਪਸ ਆਉਂਦੇ ਹੁੰਦੇ ਆਪਾਂ ਲੱਡੂ ਲਵਾਂਗੇ ਬੇਸਣ ਦਾ, ਮੈਨੂੰ ਲੱਡੂ ਖਾਣ, ਚਾਹੇ ਮੈਨੂੰ ਦੋ ਲੱਡੂ ਲੈ ਦਿਉ। ਅੱਜ ਵੀ ਮੈਂ ਦੋ ਕਿਹਾ ਸੀ, ਨਹੀਂ ਕਿ ਦੋ ਲੱਡੂ ਲੈ ਦਿਉ, ਕਹਿੰਦੇ ਦੋ ਦਾ ਕੀ ਲੈਂਗੇ, ਚਾਰ ਲੱਡੂ ਲਏ ਨੇ। ਫਿਰ ਇਹਦੇ ਵਿੱਚ ਮੈਂ ਸਿਰਫ ਅੱਧਾ ਹੀ ਖਾਧਾ, ਅਤੇ ਹੁਣ ਦਿਲ ਤਾਂ ਕਰ ਰਿਹਾ ਵੀ ਖਾ ਲਾ ਪਰ ਨਹੀਂ ਖਾਊਂਗੀ, ਬਹੁਤ ਫਿਰ ਹੈਵੀ ਹੋ ਜੂਗਾ, ਇਸ ਕਰਕੇ ਕੱਲ੍ਹ ਨੂੰ ਖਾ ਲਾਂਗਾ। ਦੇਖੋ 3:30 ਲੱਡੂ ਪਏ ਨੇ, ਮੈਂ ਸਿਰਫ ਅੱਧੇ ਖਾਧੇ ਇਹਦੇ ਵਿੱਚੋਂ, ਹੁਣ ਮੇਰੇ ਯਾਦ ਹੈਗਾ ਮੈਂ ਕੁਛ ਕੀੜੇ ਚੜਦੇ ਕੰਟੇਨਰ 'ਚ ਮੰਗ ਕੇ ਰੱਖਦਾ, ਅਤੇ ਹੌਲੀ ਹੌਲੀ 2-3 ਦਿਨਾਂ 'ਚ ਇੱਕ ਇੱਕ ਰੋਜ਼ ਖਾ ਲਿਆ ਕਰੂੰਗੀ। ਬਹੁਤ ਬਹੁਤ ਮੇਰੇ ਫੇਵਰੇਟ ਨੇ ਲੱਡੂ, ਦੇ ਪਰ ਜਿਹੜੇ ਬਾਜ਼ਾਰ ਵਾਲੇ ਬੇਸਣ ਦੇ ਲੱਡੂ ਹੁੰਦੇ ਨੇ ਨਾ, ਬੇਸਣ ਰੜਿਆ ਨਹੀਂ ਹੁੰਦਾ ਹੈਗਾ ਇੰਨਾ ਜ਼ਿਆਦਾ, ਨਹੀਂ ਉਹ ਬੇਸਣ ਰਾੜਦੇ, ਅਤੇ ਜਿਹੜਾ ਘਰ ਬੇਸਣ ਹੁੰਦਾ ਆਪਾਂ ਬਹੁਤ ਅੱਛੀ ਤਰ੍ਹਾਂ ਰਾੜਦੇ, ਉਹ ਬੇਸਣ ਦਾ ਸਵਾਦ ਹੀ ਵੱਖਰਾ ਹੁੰਦਾ। ਚਲੋ ਜੀ ਹੁਣ ਕਰਦੇ ਵੀਡੀਓ ਦਾ ਐਂਡ, ਜਿੰਨੀ ਵੀ ਜਿਹੀ ਜਿਹੀ ਮੇਰੇ ਤੋਂ ਅੱਜ ਵੀਡੀਓ ਬਣੀ ਪਲੀਜ਼ ਪਲੀਜ਼ ਮਨਜ਼ੂਰ ਕਰਿਓ, ਅੱਜ ਵੀਡੀਓ ਮੇਰੇ ਤੋਂ ਘੱਟ ਹੀ ਬਣੀ ਹੈ। ਅਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।